हाँ जी, चाह पानी पी लिया अपने, ते थोड़ा टाइम रेस्ट भी कर लिया। तेरे नेरी तां तुहानूं मैं दिखाया सी भी बहुत आई सी, हैना। ते तुहानूं गड्डी दिखाउणा, वैसे हुण आपां रेते नाल किवें भर गई सारी गड्डी, पर हुण दिल करदा भी गड्डी धो लईए। जिहड़ा अज दा टाइम आपां शाम दा, क्योंकि मौसम लगदा सी भी अज ठंडा रहूगा ना, ते आपां शाम दा जिहड़ा अज टाइम रख्या होया सी गुरद्वारा साहिब दा भी सेवा, उत्थे कटिंग करनी सी बूटियां दी, ते आपां चलिया उत्थे। देखदे आ जे जस्सा वेला होया उहनूं भी लै जांगे, पुछदा उहनूं की करदा जे हैगा इत्थे, ऐ नहीं पता किसे पासे लंघ ही गया होवे। चलेगा गुरुद्वारे जांदा नहीं, फिर ऐ कर खेत गेड़ा मारे लाइट दुबारे ना आ गई होवे, ठीक है, जे उह भर गया होया नक्का बदल दी, ठीक है। मैं जाना गुरुद्वारे, जे आना हुआ जी उथो, ठीक है, आ जी फिर। गां भी अपनी हुई है, गां केड़ा बगानी है। कहिंदा मैं हजे नहीं आना, चल मैं कहा खेत गेड़ा मारे फिर, ते आपां चलदे आं गुरुद्वारे, ते हुण मिलदे आं तुहानूं सिद्धा गुरुद्वारा साहिब। पटियाला साइड कहिंदे बहुत मींह पै गया, ते हवा ठंडी हो गई, नहीं तां बहुत गर्मी सी, बूटे की कुछ बाहर निकलण नूं दिल नहीं करदा सीगा, ते वड्डे भी हो गए सीगे, घर वाले तां आपां कल कट्टदे सीगे थोड़े बहुत, ते अज तां गुरुद्वारा साहिब दा टाइम रख्या होया सीगा, ते चलदे आं हुण। टाइम शाम दे 4 बज गए, पर वधिया मौसम है, नहीं तां 4 बजे बाहर नहीं निकले जांदा, तुहानूं पता ही है। अपने घर तों नेड़ी है गुरुद्वारा साहिब, बहुत दूर नहीं हैगा कोई, सामने पाठ हो रहा है, ਇਹ ਸੁਖਮਨੀ ਸਾਹਿਬ ਦੇ ਪਾਠ ਚੱਲਦੇ ਆ ਜੀ, ਆ ਮਹੀਨਾ ਇੱਕ ਪੂਰਾ ਸ਼ਾਮ ਨੂੰ। ਲਓ ਜੀ, ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ ਮੇਰੇ ਤੋਂ ਪਹਿਲਾਂ ਹੀ, ਸੇਵਾ ਕਰਦੇ ਪੁੱਤ। ਦੇਖੋ ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ, ਤੇ ਆਪਾਂ ਵੀ ਚਲੋ ਇਹਨਾਂ ਨਾਲ ਕਰਦੇ ਆ ਸੇਵਾ, ਬਾਹਰੋਂ ਹੀ ਮੱਥਾ ਟੇਕਦੇ ਆ ਕਿਉਂਕਿ ਅੰਦਰ ਪਾਠ ਚੱਲਦਾ ਸਤਨਾਮ, ਤੇ ਕਰਦੇ ਆ ਸ਼ੁਰੂ ਹੁਣ ਆਪਾਂ ਕਟਿੰਗ, ਤੇ ਫਿਰ ਦਿਖਾਉਣੇ ਆ ਤੁਹਾਨੂੰ ਬਾਅਦ ਚ। ਸਭ ਤੋਂ ਪਹਿਲਾਂ ਇਹਦੀ ਸ਼ੁਰੂ ਕਰਦੇ ਆ, ਫਿਰ ਕਰਕੇ ਤੁਹਾਨੂੰ ਦਿਖਾਉਣੇ ਆ, ਬਾਕੀ ਪਹਿਲਾਂ ਇਹ ਚ ਭਰਿੰਡਾਂ ਚੈੱਕ ਕਰ ਲੈਣ ਦੋ, ਪਿਛਲੀ ਵਾਰੀ ਭਰਿੰਡਾਂ ਲੜ ਗਈਆਂ ਸੀ ਇਹ ਚੋਂ ਮੈਨੂੰ, ਤੇ ਇਸ ਵਾਰੀ ਚੈੱਕ ਕਰ ਲੈਣ ਦੋ, ਹੈ ਨਹੀਂ ਕਰਦੇ ਆ ਸ਼ੁਰੂ ਤੇ ਦਿਖਾਉਣੇ ਆ ਤੁਹਾਨੂੰ। ਲਓ ਜੀ, ਆਪਾਂ 3 ਕੱਟਤੇ, ਤੇ ਆ ਹੁਣ ਬੱਚੇ ਇੱਧਰ ਆ ਗਏ, ਦੇਖੋ ਆਪਣੇ ਵੱਲ ਇੱਧਰ ਲੱਗ ਗਏ ਸਫਾਈ ਕਰਨ, ਤੇ ਹੁਣ ਆਪਾਂ ਇਹਨੂੰ ਕੱਟਦੇ ਆ। ਆਹ ਕੱਟੇ ਗਏ 3, ਤੇ ਮੌਸਮ ਵੀ ਬਹੁਤ ਘੈਂਟ ਹੋ ਗਿਆ ਹੁਣ, ਰੱਬ ਨੂੰ ਆਪਾਂ ਹੀ ਕਹਿ ਰਹੇ ਵੀ ਐਂ ਰੱਖ ਮੌਸਮ, ਕੱਟੇ ਜਾਣ ਸਾਰੇ, ਠੰਡ ਚ ਨਾ ਗਰਮੀ ਚ ਨੀ ਪਤਾ ਫੇਰ ਰਹਿ ਜਾਣ। ਤੇ ਆ ਦੇਖੋ ਹੁਣ ਵੱਡੇ ਵੱਡੇ ਹੋਈ, ਤੇ ਕਟਿੰਗ ਨਾਲ ਚਲੋ ਸੋਹਣੇ ਲੱਗਦੇ, ਜਿਹੋ ਜਿਹੀ ਟੁੱਟੀ ਭੱਜੀ ਜੀ ਕਟਿੰਗ ਆਉਂਦੀ ਆਪਾਂ ਕਰ ਜਾਂਦੇ ਹਾਂ, ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਲੱਗਦੀ ਆ। ਲਓ ਜੀ, ਆਪਾਂ ਮੌਸਮ ਦਿਖਾ ਰਹੇ ਸੀ ਤੁਹਾਨੂੰ, ਤੇ ਬਾਰਿਸ਼ ਵੀ ਸ਼ੁਰੂ ਹੋ ਗਈ, ਬਹੁਤ ਬਾਰਿਸ਼ ਹੋਣ ਲੱਗ ਰਹੀ ਹੈ, ਸ਼ਾਇਦ ਕੈਮਰੇ 'ਚ ਨਾ ਪਤਾ ਲੱਗਦਾ ਹੋਵੇ ਦਿਖਾਉਣਾ। ਤੇ ਉਹ ਕੱਟੇ ਗਏ 2-4, ਉਧਰਲੀ ਲਾਈਨ ਕੱਟੀ ਗਈ, ਬਸ ਇੱਕ ਹੀ ਰਹਿ ਗਿਆ ਸੀਗਾ। ਲਓ ਜੀ, ਬਾਰਿਸ਼ ਥੋੜੀ ਘੱਟ ਗਈ, ਆਪਾਂ ਕੰਮ ਸਟਾਰਟ ਕਰਤਾ ਦੁਬਾਰਾ, ਕਿਉਂਕਿ ਫਿਰ ਇਹ ਮੌਸਮ ਦੁਬਾਰੇ ਨਹੀਂ ਮਿਲਣਾ, ਆਪਾਂ ਇਸ ਮੌਸਮ 'ਚ ਹੀ ਕੱਟੀ ਜਾ ਰਹੇ ਹਾਂ, ਤੇ ਥੋੜੀ ਮੋਟੀ ਕਿਣਮਿਣ ਹੋ ਰਹੀ ਹੈ, ਤੇ ਕੱਟ ਤੇ ਤੁਹਾਨੂੰ ਦਿਖਾਉਣਾ 1-2 ਕੱਟ ਤਾਂ ਆਪਾਂ ਨੇ, ਦੇਖੋ ਤੇ ਦੇਖਿਓ ਕੋਈ ਕਮੀ ਪੇਸ਼ੀ ਹੋਈ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ, ਤੇ ਸ਼ੇਅਰ ਕਰਿਆ ਕਰੋ ਤੁਸੀਂ ਵੀ ਪਲੀਜ਼ ਵੀਡੀਓ ਨੂੰ। ਲਓ ਜੀ, ਸਮਰ ਵੀ ਆ ਗਿਆ।
ਜੱਸਾ ਨਹੀਂ ਆਏ ਨਾਲ। ਲਓ ਜੀ ਚਾਹ ਆ ਗਈ, ਹੁਣ ਆਪਾਂ ਚਾਹ ਪੀਨੇ ਆ। ਲਓ ਜੀ ਜੱਸਾ ਵੀ ਆ ਗਿਆ ਤੇ ਅਸੀਂ ਹੁਣ ਜੱਸੇ ਹੀ ਇਹ ਚੱਕ ਰਹੇ ਨੇ। ਜੱਸਾ ਤੇ ਸਮਰ ਆਪਾਂ ਨੇ ਆਹ ਲਾਈਨ ਵੀ ਕਟਿੰਗ ਹੋ ਗਈ ਤੇ ਹੁਣ ਉੱਧਰ ਕਰਦੇ ਆ। ਉਧਰ ਬਾਬਾ ਗੱਡੀ ਧੋ ਰਿਹਾ, ਦੇਖੋ ਆਪਣੀ ਮੀਂਹ ਕਰਕੇ ਲਿਬੜ ਗਈ। ਲਓ ਜੀ ਟਾਈਮ ਹੋ ਗਿਆ 8:30, ਆਪਾਂ ਹੁਣ ਆਏ ਗੁਰਦੁਆਰਾ ਸਾਹਿਬ ਤੋਂ, ਹਨੇਰਾ ਹੋ ਗਿਆ ਤੇ ਕੁਛ ਰਹਿ ਗਏ ਕੱਟਣ ਵਾਲੇ, ਆਪਾਂ ਬਾਕੀ ਕੱਲ ਨੂੰ ਕੱਟਾਂਗੇ ਜੇ ਮੌਸਮ ਠੀਕ ਹੋਇਆ, ਤੇ ਨਹੀਂ ਫਿਰ ਕਿਸੇ ਦਿਨ ਕੱਟ ਲਾਂਗੇ। ਮੇਨ ਕੱਟੇ ਗਏ ਜਿਹੜਾ ਜ਼ਿਆਦਾ ਰਸਤਾ ਰੋਕਿਆ ਜਿਹਨਾਂ ਨੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਕਮੈਂਟ ਕਰਿਓ, ਹੈ ਨਾ, ਸ਼ੇਅਰ ਕਰਿਓ। ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਬਾਏ ਬਾਏ।